ਉਹ ਵੈਸੇ ਤਾਂ ਪਿਆਰ ਵੀਰੇ ਮਾਪਿਆਂ ਨਹੀਂ ਜਾਂਦਾ ਕਿਸੇ ਬੁੱਕ ਅਖਬਾਰ ਵਿੱਚ ਛਾਪਿਆਂ ਨਹੀਂ ਜਾਂਦਾ ਇਸ਼ਕ ਮੇਰੇ ਦਾ ਜਦੋਂ ਵੱਜਿਆ ਸੀ ਬਾਜਾ ਉਦੋਂ ਮੋਟਾ ਮੋਟਾ ਮਿੱਤਰਾਂ ਨੇ ਲਾਇਆ ਸੀ ਅੰਦਾਜ਼ਾ ਹੈ ਪੱਥਰਾਂ ਦੇ ਘਰਾਂ ਚ ਪੱਥਰ ਦੇ ਲੋਹ ਗਏ ਲੁਹਾਰ ਹੁਣ ਕੱਚਿਆਂ ਮੁਕਾਮਾਂ ਵਿੱਚ ਰਹਿ ਗਿਆ ਕਦੇ ਕਣਾਂ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ ਤੇ ਹੌਲੀ ਹੌਲੀ ਮਿੱਤਰੋਂ ਗਰਾਮਾਂ ਵਿੱਚ ਰਹਿ ਗਿਆ ਹਾਏ ਕਦੇ ਕਣਾਂ ਵਿੱਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ ਤੇ ਹੌਲੀ ਹੌਲੀ ਮਿੱਤਰੋਂ ਗਰਾਮਾਂ ਵਿੱਚ ਰਹਿ ਗਿਆ ਰੱਬ ਕਰੇ ਉਹਨਾਂ ਦੀ ਜੋ ਨੱਪਣ ਮੇਰੇ ਜਜ਼ਬਾਤਾਂ ਨੂੰ ਮੇਰੇ ਸਾਰੇ ਲੱਗਦੇ ਜਾਏ ਹਰ ਹੀਲੇ ਭੁਗਤਣਾ ਪੈਂਦਾ ਜੋ ਕਿਸਮਤ ਦੇ ਚੱਕਰ ਪਏ ਹਾਏ ਨੀ ਤੇਰਾ ਯਾਰ ਡਫਲਟਰ ਤਾਂ ਹੋਇਆ ਕੁਝ ਬੰਦੇ ਡਫਲਟਰ ਟੱਕਰ ਗਏ
ਇਹ ਗਾਣਾ ਜਦੋਂ ਰਿਲੀਜ਼ ਹੋਇਆ ਸੀ ਦੱਬਦਾ ਕਿੱਥੇ ਆ, ਉਦੋਂ ਮੈਂ ਬਿਨੀ ਬੈਗ ਸੀ ਬਾਈ, ਜਦੋਂ ਮਾਨ ਸਾਹਿਬ ਦਾ ਮੈਨੂੰ ਫੋਨ ਆਇਆ ਸੀ, ਕਹਿੰਦਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਪਤਾ ਨਹੀਂ ਤਾਂ ਮੇਰੇ ਕਰਕੇ ਤੇਰਾ ਗਾਣਾ ਚੱਲਿਆ ਜਾਂ ਤੇਰੇ ਗਾਣੇ ਕਰਕੇ ਅਸੀਂ ਜਿੱਤੇ। ਮੈਂ ਕਿਹਾ ਕੰਮ ਦੋਨੇ ਘੈਂਟ ਹੋ ਗਏ, ਜਿਵੇਂ ਮਰਜ਼ੀ ਲਾ ਲਓ। ਅੱਖਾਂ ਦੇ ਵਿੱਚ ਤੂੰ ਅੱਖਾਂ ਤਾਂ ਪਾ ਲੈ ਮੇਰੇ ਵੱਲ ਨੂੰ ਕਰਕੇ ਮੂੰਹ, ਉੱਥੇ ਕਿਹੜਾ ਦੁਨੀਆ ਨਹੀਂ ਵਸਦੀ ਹੋ ਜਿੱਥੇ ਹੈ ਨਹੀਂ ਤੂੰ ਮਿੱਤਰਾ। ਵੇ ਕਿੰਨੇ ਸੋਹਣੇ ਸੀ ਲਿਖਦਾ ਗਾਣੇ ਕਿਹੋ ਜਿਹੇ ਹਾਲਾਤਾਂ ਪੇਸ਼ ਪਿਆ, ਹਾਏ ਮੈਨੂੰ ਤਾਂ ਗੱਲ ਨਿੱਕੀ ਨਹੀਂ ਲੱਗਦੀ ਵੇ ਜਿੱਥੇ ਤੇਰਾ ਕਲੇਸ਼ ਪਿਆ। ਹਾਏ ਚੱਲ ਲਾ ਜਾ ਤੇਰੇ ਟਿਕਾਣੇ ਤੇ, ਵੇ ਚੱਲ ਲਾ ਜਾ ਤੇਰੇ ਟਿਕਾਣੇ ਤੇ, ਜਿਹੜਾ ਸਮੇਂ ਤੂੰ ਮਿੱਥਿਆ ਤੇਰੇ ਯਾਰ ਨੂੰ ਦੱਬਣ ਨੂੰ ਫਰਦੇ ਸੀ ਉਹ ਪਰ ਦਬਦਾ ਕਿੱਥੇ ਆ। ਲਾ ਆ ਜਾ ਮੇਰੇ ਨਾਲ ਖਿੱਚ ਕੇ ਬਾਬਾ ਸਾਹਿਬ ਕਰਕੇ ਦਿੱਲੀ ਵੀ ਜਲਦੀ ਜਿੱਤ ਲੈਣੀ ਆ, ਦਿੱਲੀ ਹੁਣ ਇਹ ਤਰੀਕੇ ਨਾਲ ਜਿੱਤਣੀ ਆ, ਮੁੜ ਕੇ ਕਿਸੇ ਨੂੰ ਹੋਰ ਜਿੱਤਣ ਦੀ ਲੋੜ ਨਹੀਂ ਪੈਣੀ। ਵੇ ਬਸ ਦਿੱਲੀ ਜਿੱਤੇ ਆ ਕੀ ਸੀ ਉਹ ਫੋਨ ਸਾਰਾ ਭਰ ਜਾਣਾ ਤੇ ਅੱਗੇ ਕੀ ਸੀ ਚੱਲਣੇ ਸਿੱਕੇ। ਸੋ ਹਰ ਇੱਕ ਕਲਾਕਾਰ ਦੇ ਹਿੱਸੇ ਕਦਾ ਹੀ ਗਾਣਾ ਆਉਂਦਾ ਹੁੰਦਾ ਜਿਹੜਾ ਬੱਚੇ ਬੱਚੇ ਦੀ ਜਵਾਨ ਤੇ ਚੜ੍ਹਦਾ। ਸੋ ਮੈਂ ਆਪਣੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਵੀ ਇਹ ਗਾਣਾ ਹਰ ਘਰ ਹਰ ਬੱਚੇ ਦੇ ਜਵਾਨ ਤੇ ਚੜ੍ਹਿਆ। Thank you.
ਵੈਲਕਮ ਬਾਈ ਤੁਹਾਡਾ ਕੈਮ ਹੋ ਕੋਈ ਫਰਮਾਇਸ਼ ਹੋਵੇ ਦੱਸ ਦਿਓ।